हेलो जी, हेलो, सत श्री अकाल जी सारे नू, एंड वेलकम वंस अगेन टू माय यूट्यूब चैनल। ते आज जिहड़ा अपना मैं व्लॉग दे अपना नाम रखा गेड़ी विद गुरजीत, आज जिहड़ी गेड़ी है डैडी नाल होएगी मेरे वेरी फर्स्ट टाइम। सो डैड आ रहे हैं ते तुसी इस व्लॉग दे नाल इसी तरह कनैक्टेड रहो, लेट्स गो। एंड जिहड़ा काम हैगा वो हैल्थ नू लैके भी है, असीं अज पित्तल दे जिहड़े बर्तन ने घरे पए सीगे कुछ, तो जसपिंदर कहें कि उन्होंने मम्मी उन्हें कहें भी कली कराने, सो कली कराने लई हुण देखते हैं भी डैडी कित्थे लैके जाते हैं। मैं तो बड़ा बाजार इन्ना ज़्यादा नहीं है कि मैनू कित्थे करवानी है, सो लैट्स गो। चलिए इधर, चलिए दसो किधर आना, इधर घूम के आना पैंता है। हाँ जी, इधर घूमना नहीं पैंता, बस इधर कर ली पीछे देख के थोड़ा ਮਿਹਨਤ ਮੈਂ ਭਾਂਡਿਆਂ ਦੇ ਤਰ੍ਹਾਂ ਚੱਲਿਆ ਤੇਰਾ, ਬਸ ਹੋਰ ਤਾਂ ਕੰਮ ਕੋਈ ਨਹੀਂ ਤਾਂ ਮਿਹਨਤ। ਠੀਕ ਹੈ, ਬਾਕੀ ਗੱਡੀ ਵਾਲਾ ਫਿਰ ਕੀ ਕਹਿੰਦਾ? ਗੱਡੀ ਵਾਲਾ ਉਹ ਕਹਿੰਦਾ ਮੈਂ ਆਫਟਰ ਨੂੰ ਤੁਹਾਨੂੰ ਫੋਨ ਕਰੂੰਗਾ ਵੀ ਕਿੰਨੀ ਫੀਸ ਹੈ। ਹਾਂਜੀ, ਉਹ ਕਿੰਨੇ ਵੱਧ ਪੈਸੇ ਲੈਂਦੇ ਉਰੇ ਆਉਂਦੇ। ਇੱਥੋਂ ਅਸੀਂ ਹੁਣ ਚੱਲੇ ਹਾਂ ਜੀ ਮਰਿੰਡੇ ਬਾਜ਼ਾਰ, ਇੱਥੋਂ ਅਸੀਂ ਪਿੱਤਲ ਦੇ ਭਾਂਡਿਆਂ ਨੂੰ ਕੜੀ ਕਿੱਥੋਂ ਕਰਾਉਂਦੇ ਹਾਂ ਉਹ ਅਸੀਂ ਪਤਾ ਕਰਾਂਗੇ। ਡੈਡ ਇਜ਼ ਦੇਅਰ, ਕੋਈ ਗੱਡੀ ਨਹੀਂ ਆ ਸਕਦੀ ਇਸ ਕਰਕੇ ਪੈਦਲ ਜਾਣਾ ਪੈਣਾ। ਲੈਟ ਮੀ ਸ਼ੋ ਯੂ, ਸੋ ਡੈਡ ਪਤਾ ਕਰਨ ਲੱਗੇ ਹੋਏ ਜੀ ਵੀ ਆਪਾਂ ਕਿੱਥੋਂ ਭਾਂਡੇ ਕੜੀ ਕਰਾ ਸਕਦੇ ਹਾਂ। ਸੋ ਬਾਈ ਜੀ ਨੇ ਇੱਕ ਨੰਬਰ ਦਿੱਤਾ, ਜੱਸੀ ਕਿ ਉਹਨਾਂ ਕੋਲ ਜਾ ਸਕੇ। ਕੀ ਕਹਿੰਦੇ? ਉੱਧਰ ਪਾਰਟੀ ਇੱਕ ਨਹੀਂ ਹੈ। ਸੋ ਆਪਾਂ ਜੀ ਹੁਣ ਇੱਧਰੋਂ ਦੂਜੇ ਬਾਜ਼ਾਰ ਚੱਲੇ ਹਾਂ, ਆਹ ਮਰਿੰਡੇ ਦੇ, ਮਰਿੰਡੇ ਦਾ ਬਾਜ਼ਾਰ, ਭੀੜ ਥੋੜ੍ਹੀ ਆ। ਡੈਡ ਆਹ ਰਾਮ ਬਾਗ ਰੋਡ ਆ, ਇੱਥੇ ਆਹ ਮੁੜਨਾ ਆਪਾਂ ਨੂੰ। ਅੱਛਾ, ਪੱਪੂ ਕੁਲਚਣ ਆ ਰਹੀ ਹੈ, ਫਰੇਮ ਫਰੇਮ ਫੂਡ ਫਾਸਟ ਭਾਈ ਆ, ਪੱਪੂ ਦੇ ਮਸ਼ਹੂਰ ਕੁਲਚੇ। ਇੱਧਰੋਂ ਮੁੜ, ਇੱਧਰੋਂ ਮੁੜ, ਠੀਕ ਹੈ। ਅੱਛਾ, ਅੰਦਰ ਜਾਣਾ ਹੈ ਇੱਥੇ ਫੋਨ ਫਿਰ ਮਾਰਾਂਗੇ ਫੋਨ। ਅਸੀਂ ਇਹ ਪਹੁੰਚ ਕੇ ਤੇਰੀ ਰਾਮ ਬਾਗੜ ਦੇ ਗੁਰੂ ਨਾਨਕ ਮਿਲਕ ਡੈਰੀ ਆ, ਉੱਥੇ ਖੜ੍ਹੇ ਹਾਂ। ਕਿੱਥੇ ਇਹਦੇ ਹੋਰ ਆਈਏ, ਉਹ ਖੜ੍ਹਾ ਉਹਦੇ ਸਾਹਮਣੇ ਮੁੰਡਾ ਜਿਹਾ। ਅੱਛਾ, ਕਿੰਨਾ ਕੁ ਟਾਈਮ ਲੱਗੂਗਾ ਜੀ ਭਾਂਡਿਆਂ ਨੂੰ ਫਿਰ ਕਲੀ ਕਰਨ? ਟਾਈਮ ਤਾਂ ਹੁਣ ਭਾਂਡੇ ਵੀ ਦੇਖਣੇ ਪੈਣੇ ਆ। ਅੱਛਾ ਜੀ, ਹੁਣ ਗੱਲ ਪ੍ਰਾਈਸ ਦੀ ਹੈ ਜੀ, ਫਿਰ ਡੈਡੀ ਪੁੱਛਣਗੇ ਪ੍ਰਾਈਸ ਕਿੰਨਾ ਜੀ। ਪੈਸਾ 800 ਰੁਪਏ ਕਹਿੰਦਾ ਸਾਰਿਆਂ ਦਾ, ਇਹਨਾਂ ਬੰਨਾ ਸਾਰਿਆਂ ਦਾ, 1, 2, 3 ਤੇ 4 ਨੇ, ਹੈ ਨਾ? ਹਾਂ, ਉਹ ਇਹਦਾ ਕਲੀ ਮਹਿੰਗੀ ਬਹੁਤ ਹੈ, ਦੇਖੋ 2000 ਤੇ 6000 ਰੁਪਏ ਕਲੀ ਕਲੀ ਕਰੀ ਹੋਊਗੀ ਇੱਕ ਸਾਲ ਵਿੱਚ। ਸ਼ਾਮ ਲਾਲ ਕੁਦਾਂ ਜੀ 15 ਕਰੋੜ ਦੇ ਹੁਣ ਤੇ ਚੁੱਪ ਕਰੋ ਤੁਸੀਂ। ਚਲੋ ਜੀ ਆ ਜਾਓ ਫਿਰ, ਕਿਉਂ ਐ ਨਾ ਤੁਸੀਂ ਕਰੀਏ ਸ਼ੁਰੂ ਧੁੱਪ ਵਿੱਚ ਕੇ ਹੋਵੋਗੇ। ਮੈਂ ਲੜਨ ਵਾਲਾ ਰੋਜ਼ ਦਾ ਕੰਮ ਹੈਗਾ ਗਰਮੀ ਉਹ ਕਰਨਾ। ਸੋ ਡੀਲ ਡਨ, ਮਜਾਈ ਕਰੂੰਗਾ ਨੀ, ਟਾਈਮ ਲੱਗੂਗਾ ਮਾਰ ਕੇ। ਅੱਛਾ ਅੱਛਾ, ਇਹ ਕੰਮ ਹੋਊਗਾ ਤੁਹਾਨੂੰ? ਠੀਕ ਹੈ ਠੀਕ ਹੈ, ਅੱਧਾ ਘੰਟਾ ਤਾਂ ਮੰਨਣ ਲੱਗ ਜੂਗਾ ਸਾਰੇ ਭਾਂਡਿਆਂ ਨੂੰ। ਹਾਂਜੀ, ਚਲੋ ਕੋਈ ਤੁਸੀਂ ਸ਼ੁਰੂ ਕਰੋ, ਅਸੀਂ ਫਿਰ ਨਾਲ ਦੀ ਨਾਲ ਹੈ ਨਾ ਦੇਖਦੇ ਆ ਨਾਲੇ। ਅੱਛਾ ਚਲੋ, ਮੈਂ ਤੁਹਾਨੂੰ ਆਪਣੇ ਮੰਜਾ ਲਾ ਦਿੰਦਾ, ਕੋਈ ਚੱਕਰ ਵਾਲੀ ਗੱਲ, ਬਹਿ ਲਓ। ਹਾਂਜੀ ਹਾਂ, ਕੋਈ ਗੱਲ ਜਲਦੀ ਹੋਵੇ। ਠੀਕ ਹੈ ਠੀਕ ਹੈ, ਬਹਿ ਜਾਓ। ਸੋ ਡੈਡ ਓਕੇ ਜੀ ਰਿਪੋਰਟ? ਹਾਂ ਬਿਲਕੁਲ। ਕਿੰਨੇ ਸਾਲਾਂ ਬਾਅਦ ਕਰਾਉਣ ਲੱਗੇ ਅੱਜ ਕਲੀ? ਇਹ ਹੋ ਤਾਂ 25 ਸਾਲ ਹੋ ਗਏ ਦੇਖੇ ਨੂੰ। ਅੱਛਾ, ਕਲੀ ਵਾਲਾ ਕੰਮ? ਹਾਂ ਹਾਂ। ਸੋ ਅੱਜ ਅਸੀਂ ਪੂਰਾ ਲਾਈਵ ਦਿਖਾਉਣਾ ਹੈ, ਅਤੇ ਕੀ ਨਾਂ ਕੀ ਸੀ ਇਹਨਾਂ ਦਾ? ਸ਼ਾਮ ਲਾਲ। ਸ਼ਾਮ ਲਾਲ ਜੀ, ਸ਼੍ਰੀ ਸ਼ਾਮ ਲਾਲ ਜੀ। ਅਤੇ ਮਰਿੰਡੇ ਕਿੱਥੇ ਪੈਂਦੇ ਆਪਾਂ ਵੀ ਚਲੋ ਦੱਸ ਦਿੰਦੇ ਇੱਕ ਵਾਰ ਐਡਰੈਸ? ਕਿਹੜਾ ਪੈਂਦਾ ਸ਼ਾਮ ਲਾਲ ਜੀ? ਮਰਿੰਡਾ ਜੀ, ਰਾਮ ਬਾਗ ਰੋਡ ਪੈਂਦਾ ਜੀ। ਰਾਮ ਬਾਗ ਰੋਡ ਮਰਿੰਡਾ? ਰਾਮ ਬਾਗ ਰੋਡ ਮਰਿੰਡਾ। ਹਾਂ ਜੀ। ਦੇਖੋ ਜੀ, ਇਹ ਕਲੀ ਵਾਲਾ ਭਾਂਡਾ ਜਿਹੜਾ ਹੈਗਾ, ਹਾਂਜੀ, ਇਹ ਆਪਣੀ ਸਿਹਤ ਵਾਸਤੇ ਵਧੀਆ। ਇਹ ਜ਼ਿਆਦਾ ਤੁਸੀਂ ਇਹਦੇ ਵਿੱਚ ਚੀਜ਼ ਕੋਈ ਪਕਾਉਂਦੇ ਆ ਖਾਂਦੇ ਆ, ਉਹ ਤੁਹਾਡੇ ਘਸ ਕੇ ਅੰਦਰ ਜਾਊਗੀ। ਜਿਸ ਤਰ੍ਹਾਂ ਇਹਦੇ ਆਪਾਂ ਕੜਛੀ ਘਸਾਈਏ, ਉਹ ਕਲੀ ਨੇ ਘਸਣਾ ਹੀ ਘਸਣਾ।
देखो सिलवर कड़सी मारो यान मान लग दो अपने जो घर बर्तन वरत दे जी तुम भी ऐदा फिर कली करके रख दौ भाई क्या मनमारी जो मर्जी करो बिल्कुल मैं वैसे कितों भांडे रखे हुए है चाह चू बनाने वास्ते कली गुरु वास्ते रख दूंगा बाकी कुकर करके चल तुम पता ही है चाह सीटियाँ बजे सब्जी बन ठीक नहीं है बिल्कुल नहीं बिल्कुल भी जी बिल्कुल हूँ तो इन्होंने काले कूले चलाते मसालेदार कोई वही गल नहीं मैं कहना भी है चीज़ ठीक है पर कुछ नहीं है जोड़ा भांडा पित्तल का वह पित्तल रहूगा गल पर हूँ के जमाने माड़ा महंगा पैंता यही भांडा होर गल कुछ नहीं हैगी पर बंदा बच जाता बीमारियों से बस फिर हम पहले ना तो बिजनेस में भी फर्क पैया होना है ना कली करने वाले बिजनेस तो खत्म हो गया जी हाँ बिजनेस तो खत्म हो गया देखो मैं थोड़ा तो सीधी गल दसा जे हूँ तुम अमीर बंदे सदा लो चलो वो बंदा कम करा सकता हाँ जी बी हूँ गरीब बंदा कम नहीं है ना गरीब बंदा पित्तल का भांडा ले सकता है ना कोई करा सकता पित्तली महंगा हो पित्तली महंगा हूँ छे साढ़े छे सौ रुपये किलो का पित्तल है तो घट है ही कोई नहीं पहले जमाने तो ला लो चाली पंद्रह चाली पंद्रह पचवंजा पचवंजा पंताली साल ज्यादा हो गए ज्यादा पंद्रह रुपये के भी भांडे कली करते थे लगूगा ये काम लगातार काम चली जावे हां बहुत हूं मेरे को महीने में एक दो काम आने हैं मैं उसका क्या हिसाब लाऊंगा जी हां कट आंदा सो अब ये होना जड़ा भांडे इन्हें धो ले इन्हें बस मांजने दा काम सी वाले पंजाब नाल ईसड़ ना भांडे तो साफ करे अच्छा जो ना जमे हुआ इस कुछ सारा ठीक करता ने हूं दोबारा गर्म करते हैं कली जेनुइन जे लगते हैं भाई है ना वैसे जितना गल्ला पुराना बंदा अरे पुराने ने कली होनी है जी ये कली चलती है कुट के फिर भांडा गर्म कराया जाऊगा अच्छा फिर ये उसके ऊपर छिड़किया जाऊगा अच्छा फिर उसके बाद कली लगेगी तो पूरे जोर से प्रोसैस चल रहा जी कली कराने का चक्कर के भांडे तो हम जो अगला स्टैप है मतलब अगला का की हम की है ये निशादर ਇਹ ਹੈ 6500 ਰੁਪਏ ਕਿਲੋ ਅੱਛਾ ਇੱਕ ਮਿੰਟ ਦਿਖਾਇਆ ਤਾਂ ਜੀ ਮੜ ਜਾ ਲਓ ਜੀ ਇਹ ਅੱਛਾ ਆ ਚੀਜ਼ ਹੈ ਨਾ ਇਹ ਕਲੀ 2000 ਰੁਪਏ ਕਿਲੋ ਵੀ ਹੈ ਇਹ
ਜਦ ਤੁਸੀਂ ਮਾਂਜਣਾ ਹੋ ਫਿਰ ਆ ਜਿਹੜੀ ਮੇਰੀ ਪਲੇਟ ਆ ਨਾ ਕਾਲੀ ਤਵੇ ਵਾਲੀ ਕਾਲੀ ਸਮਝੋ ਅੱਛਾ ਫਿਰ ਉਹ ਹਾਲ ਕਰ ਦੇਣਾ ਬਸ ਉਹ ਘਟੀਆ ਦਾ ਕਿਉਂ ਉਹਨੇ ਭਾਂਡੇ ਕਰਕੇ ਤੁਹਾਡੇ ਕਾਲੀ ਚਲੇ ਜਾਣੇ ਆ ਤੁਸੀਂ ਤਾਂ ਕਹਿੰਦਾ ਬਈ ਬਾਪ ਬਹੁਤ ਵਧੀਆ ਕੰਮ ਕਰਦਾ ਬਾਈ ਠੀਕ ਠੀਕ ਅੱਛਾ ਜਿਹਦੇ ਵਿੱਚ ਮਤਲਬ ਫੜ ਲਉਂਗੇ ਹਾਂ ਠੀਕ ਉਹਦਾ ਪਹਿਲੇ ਹੀ ਲੰਘ ਜਾਣਾ ਠੀਕ बड़ी मेहनत वाला काम है ना सारी ही प्रॉब्लम है पर फिर भी अपने काम में लगे हुए बल्कि कर लग गया नाल भी नाल है ना है जी नाल भी लाली हो गया हाँ जी ਪਹਿਲਾਂ ਜਿਵੇਂ ਗੱਡੀਆਂ ਵਾਲੇ ਪਿੰਡ 'ਚ ਆਉਂਦੇ ਹੁੰਦੇ ਸੀ ਹਾਂਜੀ ਉਹ ਮੇਰੇ ਖਿਆਲ 'ਚ ਉਹ ਵੀ ਇਹੀ ਕੈਦੀ ਕਰਦੇ ਹੁੰਦੇ ਉਹ ਕਿ ਲੋਹੇ ਦਾ ਕੰਮ ਕਰਦੇ ਹੁੰਦੇ ਸੀ ਗੱਡੀਆਂ ਦਾ ਲੋਹੇ ਦਾ ਕੰਮ ਕਰਦੇ ਤੇ ਅੱਛਾ ਜੀ ਉਹ ਨਹੀਂ ਲੋਹੇ ਦਾ ਕੰਮ ਕਰਦੇ ਅੱਛਾ ਅੱਛਾ ਉਹਦਾ ਆਪਣਾ ਤੁਸੀਂ ਦੂਸਰੇ ਢੱਕਣ ਨਾਲ ਟੁਕਣਾ ਦਾ ਕੰਮ ਹਾਂ ਕਰ ਦਿੰਦੇ ਠੀਕ ਹੈ ਠੀਕ ਹੈ ਟੁੱਕਣ ਢੱਕਣ ਨਾਲ ਹੋਣਾ ਬਾਹਰ ਸਰੇ ਥੱਲੇ ਇਹ ਕੰਮ ਬੜਾ ਹਾਂ ਬਹੁਤਾ ਦਾ ਹੀ ਚੱਲਦਾ ਤਿਆਰ ਹੈ ਜੀ ਹੁਣ ਹੈ ਨਾ ਬਿਲਕੁਲ ਵਾਹ ਜੀ ਵਾਹ ਲਈ ਆ ਸੋ ਕੰਮ ਪੂਰਾ ਜ਼ੋਰਾਂ ਦਾ ਹੀ ਪਹਿਲਾ ਆਪਣਾ ਬਰਤਨ ਹੋ ਗਿਆ ਸੀਗਾ ਅਤੇ ਹੁਣ ਦੂਜੇ ਬਰਤਨ ਦੀ ਵਾਰੀ ਚੱਲ ਰਹੀ ਹੈ ਪੂਰੀ ਔਲ ਗਰਮੀ ਵਾਲਾ ਬਟ ਸਟਿਲ ਅਸੀਂ ਇਹ ਤੁਹਾਡੇ ਲਈ ਸ਼ੂਟ ਕਰ ਰਹੇ ਹਾਂ ਵੀ ਇੱਕ ਸਿਹਤ ਲਈ ਚੰਗੀ ਗੱਲ ਆ ਕਿ ਜੇ ਆਪਾਂ ਸਾਰੇ ਜਣੇ ਵਰਤੀਏ ਬਿਲਕੁਲ ਤਿੰਨ ਸਾਡੇ ਜਿਹੜੇ ਬਰਤਨ ਨੇ ਉਹ ਗਲੀ ਹੋ ਚੁੱਕੇ ਨੇ ਵਾਹ ਜੀ ਵਾਹ ਤੁਸੀਂ ਦੱਸੋ ਕਿੰਨੀ ਖੇਚਲਾ ਕਰੀ ਹੈ ਪਰਿਵਾਰ ਨਾਲ ਕੋਈ ਖੇਚਲਾ ਨਹੀਂ ਹਾਂ ਪਤਾ ਕੀ ਚੱਕਰ ਹੈ ਸਾਨੂੰ ਬਈ ਹੋਈ ਆਦਤ ਤੂੰ ਮੈਨੂੰ ਮਿਲ ਗਿਆ ਬਈ ਹਾਂਜੀ ਹਾਂ ਥੈਂਕ ਯੂ ਮੈਂ ਤੈਨੂੰ ਵਟਸਐਪ ਤੇ ਭੇਜਤਾ ਓਕੇ ਕਿਹਾ ਕਿ ਵੀ ਓਕੇ ਇੱਧਰ ਡੈਡੀ ਦਾ ਮੈਂ ਹੁਣ ਆ ਗਿਆ ਮੈਂ ਹੁਣ ਬੈਂਕ ਜਾਣਾ ਠੀਕ ਹੈ ਡੈਡ ਇਜ਼ ਔਨ ਫੋਨ ਹੁਣ ਆਪਾਂ ਤੋਂ ਸ਼ਾਮ ਲਾਲ ਜੀ ਦੀ ਅੱਜ ਚਾਹ ਵੀ ਪੀਵਾਂਗੇ ਅਸੀਂ ਤਾਂ ਪਿੰਡਾਂ ਵਿੱਚ ਜਾਂਦੇ ਹਾਂ ਨਾ ਅੱਛੇ ਵੀ ਸਾਡੇ ਨੂੰ ਬਹੁਤ ਸੇਵਾ ਕਰਦੇ ਹਾਂ ਮਾਚੜਾ ਅੱਛੇ ਰੋਟੀ ਦੇ ਟਾਈਮ ਰੋਟੀ ਖਾਣ ਆਉਂਦੇ ਪਿੰਡਾਂ ਵਿੱਚ ਜਾ ਕੇ ਅੱਛੇ ਹੈ ਜੀ
ਚਾਹ ਦੇ ਟਾਈਮ ਚਾਹ ਹਾਂ ਤੇ ਸਾਨੂੰ ਉਹ ਜੋ ਹੱਥ ਪਈ ਹੋਈ ਆ ਥੈਂਕ ਯੂ ਤੁਸੀਂ ਚਾਹ ਲੈ ਕੇ ਆ ਸਾਡੇ ਲਈ ਹੈਂ ਵੈਲਕਮ ਜੀ ਕੀ ਕਰਦੇ ਹੋ ਤੁਸੀਂ ਮੈਂ ਸਕੂਲ ਮਾ ਪੜਦਾ ਅੱਛਾ ਕਿਹੜੀ ਕਲਾਸ ਚ ਹੋ 6th ਓਕੇ ਹੁਣ ਤਾਂ ਫਿਰ ਮੌਜਾਂ ਲੱਗੀਆਂ ਹੋਈਆਂ ਘਰੇ ਹੈਂ ਹਾਂ ਜੀ ਲੰਬੀ ਛੁੱਟੀ ਨਹੀਂ ਹੋ ਗਈ ਹਾਂ ਜੀ ਸਕੂਲ ਕਿਹੜਾ ਹੈ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਅੱਛਾ 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 ਲਿਆਓ ਜੀ ਇਹ ਤੁਹਾਡੇ ਦਾਦਾ ਜੀ ਨੇ ਹਾਂ ਜੀ ਤੁਹਾਨੂੰ ਆਂਦਾ ਕੰਮ ਇਹ ਦੇਖਿਆ ਤੁਸੀਂ बाजारों जी कली होए हुए भांडे की फर्क है मतलब मशीनी कली है अच्छा मशीन ना होती है थोड़ा बाहर तो मान लिया मिला के बस आ फेर दो निकला सोना लो जी भांडे कली वाले तैयार हो गए जी ये जिस बंदे सेहत बनानी है भांडे कली कराओ ये भी खाना खाओ और जी बर्तन रेडी ने ते पेमेंट भी हो गया जी सो बहुत धन्यवाद थोड़ा श्याम लाल जी अच्छा बड़ा फिर मिलते हैं जी कदे फिर दोबारा काम होया ना ठीक है हां जी चलिए रेडी हम अपन ने थोड़ा बैंक काम करना पीछे देख के अच्छा बाजार काम कर रहे हैं भांडे अपने हो गए हूँ इतों आप चले हैं जी मिल रोड से शुगर मिल रोड शुगर मिल रोड बस साइड चला बस तुम उतरना है आप हूँ इदा ही एक नवा कुर्ते का कपड़ा लिया हो सुखिंदर वाला ने सो सिलाई करवा ली है पिछे भांडिया ने पूरी खप पाई हुई है राइट हाँ जी आ रहे हैं क्या नाम है बच्चे का मोहम्मद शाद हैं शाद ओ हेलो शाद हेलो बोल दो यहाँ पे बोल दे हेलो हेलो बोलो हेलो 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 शाद बाय कर दे यहाँ से क्या करता होता है कर दे भाई ऐसा कर बुला ले सर अभी थोड़ा एकदम से हो गया ना कौन आ गया क्या हो गया कैसे हैं जी बढ़िया जी आप सुनो बढ़िया जी फर्स्ट क्लास जी तो ये आपको शूट भी कर लें मैं क्या पिछली बार कुर्ता बहुत अच्छा सिलाया था याद आपको जी जी ये रहो ठीक है इसमें क्या करना है सर इसी के ना मतलब ये मैं साइज ये सेम सारी फिटिंग है ना ठीक है तो कपड़ा ही है इस बारी ठीक है और ये जो कपड़ा है ना ये अपना
पजामे का भी है। अच्छा, लेकिन पजामा नहीं सिलना, पूरा सूट का सिर्फ पजामा नहीं बनाना। हां सिर्फ कुर्ता, पजामे वाला कपड़ा काट के मेरे को बाद में दे देना। ठीक है, ठीक है ना। पैसे पूछे इसके नहीं, प्यारा बच्चा। ओके भाई जान, थैंक यू, थैंक यू। सो लेट्स जस्ट गो। कुर्ते वाला काम डन हो गया जी, हुण आपां डैड नूं पिक करिए। एंड कर 10 मिनट लगने मेरे होरे ਆਉਂਦੇ ਵਾਰ ਨੇ। ਓਕੇ ਓਕੇ ਠੀਕ ਹੈ ਜੀ। ਹੋਏ ਕੰਮ ਗਨ ਹੋਇਆ ਹੈ। ਐਂਟਰਿੰਗ ਕਰ ਦਿਆ ਮੈਂ ਤੇ ਨਾ। ਸਟਿਲ ਲਵਲੀ। ਇਹ ਹੈ ਜੀ ਮੇਨ ਬਾਜ਼ਾਰ ਮਰਿੰਡੇ ਦਾ। ਇੱਧਰ ਦੀ ਸ਼ਹਿਰ ਹੋਏ ਜਾਵੇ। We are now back. ਉਹਨੂੰ ਪੁੱਛਣਾ ਭੁੱਲ ਗਿਆ ਆਪਾਂ, ਹੈ ਨਾ ਜੀ? ਕਿਆ ਨੰਬਰ ਪਲੇਟ ਦੇ ਲਈ? ਹਾਂ ਉਹ ਕੰਮ ਰਹਿ ਗਿਆ ਆਪਣਾ। ਚਲੋ ਆਹ ਸਮਾਨ ਦੇਖੋ ਜੀ, ਪੂਰਾ ਐਨ ਬਾਹਰ ਕਨੇਡਾ ਬਣਾਇਆ ਪਿਆ। लाइक शेयर एंड सब्सक्राइब आवर चैनल। तो जल्दी मिलते हैं नैक्सट ब्लॉग के नाल। बाय, सी यू। बाय तो कर दो। बाय। ओए खर्चा 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 खर्चा, बच 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 बच। हाँ अरे हेलो हेलो हेलो, बच 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 होल्टे बच करो, बस 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 ओ बस। बाकी दे कम बाद च, पहला सेहत जरूरी है। अज दे व्लॉग तो वैल मैनू तो बहुत कुछ सीखने को मिले। ਖਾਸ ਤੌਰ 'ਤੇ ਵੀ ਪਿੱਤਲ ਜਿਹੜਾ ਬਰਾਸ ਹੈ ਜੀ, ਬਹੁਤ ਇੰਪੋਰਟੈਂਟ ਹੈ, ਬੜਾ ਯੂਜ਼ਫੁੱਲ ਹੈ ਆਪਣੀ ਬੋਡੀ ਦੇ ਲਈ। ਅਤੇ ਅਲਮੀਨੀਅਮ ਅਤੇ ਜਿਹੜੇ ਨੌਨ ਸਟਿਕ ਨੇ, ਇਹ ਤਾਂ ਜ਼ਹਿਰ ਦੇ ਬਰਾਬਰ ਨੇ। ਇਹਨਾਂ ਨੂੰ ਆਪਣੀ ਕਿਚਨ ਤੋਂ ਕੱਢੋ, ਬਿਮਾਰੀਆਂ ਤੋਂ ਬਚੋ ਅਤੇ ਆਪਣਿਆਂ ਦਾ ਖਿਆਲ ਰੱਖੋ। ਅਤੇ ਜੇ ਇਹ ਵਲੌਗ ਚੰਗਾ ਲੱਗੇ, ਇਹਨੂੰ ਅੱਗੇ ਤੱਕ ਜ਼ਰੂਰ ਸ਼ੇਅਰ ਕਰਿਓ। ਐਂਡ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦ ਵੀਡੀਓ। ਫਿਰ ਮਿਲਦੇ ਜੀ ਅਗਲੇ ਵਲੌਗ ਦੇ ਵਿੱਚ। ਟੇਕ ਕੇਅਰ।